ਬਹੁਤ ਸਵਾਗਤ ਹੈ ਸਾਰੇ ਵਿਦਿਆਰਥੀਆਂ ਦਾ। ਇੱਕ ਵਾਰ ਫਿਰ ਹਾਜ਼ਰ ਹਾਂ ਜਸਮੀਤ ਭਾਟੀਆ ਜੀ ਦੇ ਨਾਲ। ਬਹੁਤ ਇੰਪੋਰਟੈਂਟ ਟੌਪਿਕ 'ਤੇ ਅੱਜ ਗੱਲ ਹੋਣੀ ਹੈ। ਕੈਨੇਡਾ ਤੋਂ ਪ੍ਰੋਵਿੰਸ਼ੀਅਲ ਅਟੈਸਟੇਸ਼ਨ ਲੈਟਰ ਸ਼ੁਰੂ ਹੋਏ ਨੇ। ਹੁਣ ਇਹਨਾਂ ਲੈਟਰਸ ਦੇ ਸ਼ੁਰੂ ਹੋਣ ਤੋਂ ਬਾਅਦ ਜਿਹੜੇ ਪ੍ਰੋਵਿੰਸ ਦੇ ਵਿੱਚ ਅਟੈਸਟੇਸ਼ਨ ਲੈਟਰ ਨਹੀਂ ਸ਼ੁਰੂ ਹੋਏ, ਕਦੋਂ ਕੁ ਸ਼ੁਰੂ ਹੋਣ ਦੀ ਆਸ ਹੈ? ਅੱਜ ਪੂਰੀ ਕਲੈਰਿਟੀ ਜਸਮੀਤ ਜੀ ਤੋਂ ਲੈਂਦੇ ਹਾਂ। ਅਲਬਰਟਾ ਦੇ ਜਿਹੜੇ ਪ੍ਰੋਵਿੰਸ਼ੀਅਲ ਅਟੈਸਟੇਸ਼ਨ ਲੈਟਰ ਨੇ ਉਹ ਹੁਣੇ ਹੁਣੇ ਸ਼ੁਰੂ ਹੋਏ ਨੇ ਜਦੋਂ ਅਸੀਂ ਇਹ ਸ਼ੋਅ ਰਿਕਾਰਡ ਕਰ ਰਹੇ ਹਾਂ। ਜਸਮੀਤ ਜੀ ਬਹੁਤ ਬਹੁਤ ਸਵਾਗਤ ਹੈ ਸਰ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜਸਮੀਤ ਜੀ, ਕੀ ਅਪਡੇਟ ਹੈ ਪ੍ਰੋਵਿੰਸ਼ੀਅਲ ਅਟੈਸਟੇਸ਼ਨ ਲੈਟਰ ਦਾ ਔਰ ਕਿੰਨਾ ਫਰਕ ਪਏਗਾ? ਇਹਦਾ ਮਤਲਬ ਹੈ ਕਿ ਹੁਣ ਬਿਲਕੁਲ ਤੁਸੀਂ ਫਾਈਲਾਂ ਲਾਉਣੀਆਂ ਸ਼ੁਰੂ ਕਰਤੀਆਂ? ਅਸੀਂ ਦੇਖੋ, ਹਾਲੇ ਸਾਡੇ ਕੋਲ ਪ੍ਰੋਵਿੰਸ਼ੀਅਲ ਅਟੈਸਟੇਸ਼ਨ ਲੈਟਰਸ ਨਹੀਂ ਆਏ ਆ ਬੱਚਿਆਂ ਦੇ, ਬਟ ਜਿਹੜੇ ਕੱਲ੍ਹ ਕਾਲਜਿਸ ਨਾਲ ਮੇਰੀ ਗੱਲ ਹੋਈ ਹੈ ਅਲਬਰਟਾ ਦੇ, ਸੋ ਗਵਰਨਮੈਂਟ ਨੇ 3 ਦਿਨ ਦੇ ਅੰਦਰ ਅੰਦਰ ਕਾਫੀ ਸਾਰੇ ਪ੍ਰੋਵਿੰਸ਼ੀਅਲ ਅਟੈਸਟੇਸ਼ਨ ਲੈਟਰਸ ਇਸ਼ੂ ਕਰਤੇ ਨੇ ਅਲਬਰਟਾ ਗਵਰਨਮੈਂਟ ਨੇ ਜੀ। ਸੋ ਉਹਨਾਂ ਨੇ ਅਨਾਊਂਸ ਕੀਤਾ ਸੀ ਕਿ ਅਸੀਂ 1 ਤਰੀਕ ਤੋਂ ਐਕਸੈਪਟ ਕਰਨਾ ਸ਼ੁਰੂ ਕਰ ਦੇਣਾ ਪ੍ਰੋਵਿੰਸ਼ੀਅਲ ਅਟੈਸਟੇਸ਼ਨ ਲੈਟਰ, ਔਰ 1 ਤੋਂ ਜਿਹੜੇ ਐਕਸੈਪਟੈਂਸ ਹੋਈ ਆ, ਮਤਲਬ ਕੱਲ੍ਹ 6 ਤਰੀਕ ਸੀ, ਸੋ 6 ਤਰੀਕ ਦੇ ਵਿੱਚ ਸੈਟਰਡੇ ਸੰਡੇ ਵੀ ਹੈਗਾ ਸੀ, ਸੋ ਦੇ ਟੁੱਕ 2 ਵਰਕਿੰਗ ਡੇਜ਼ ਟੂ ਗਿਵ ਪ੍ਰੋਵਿੰਸ਼ੀਅਲ ਅਟੈਸਟੇਸ਼ਨ ਲੈਟਰ। ਸੋ ਕਾਲਜ ਰਿਕੁਐਸਟ ਕਰੇਗਾ ਗਵਰਨਮੈਂਟ ਨੂੰ ਪ੍ਰੋਵਿੰਸ਼ੀਅਲ ਅਟੈਸਟੇਸ਼ਨ ਲੈਟਰ, ਔਰ ਪ੍ਰੋਵਿੰਸ਼ੀਅਲ ਲੈਟਰ ਵਿਲ ਬੀ ਇਸ਼ੂ ਟੂ ਦਾ ਸਟੂਡੈਂਟ। ਸੋ ਮੈਨੂੰ ਲੱਗਦਾ ਕਿ ਉਹ ਪ੍ਰੋਵਿੰਸ਼ੀਅਲ ਅਟੈਸਟੇਸ਼ਨ ਲੈਟਰ 'ਤੇ ਐਵਰੀਥਿੰਗ ਵਿਲ ਬੀ ਮੈਂਸ਼ਨਡ, ਯਾਨੀ ਕਿ ਨੇਮ, ਡੇਟ ਆਫ ਬਰਥ, DLI ਨੇਮ, DLI ਨੰਬਰ, ਪ੍ਰੋਗਰਾਮ ਸਟਾਰਟ ਡੇਟ, ਪ੍ਰੋਗਰਾਮ ਐਂਡ ਡੇਟ। ਸੋ ਸਟੂਡੈਂਟਸ, ਮੈਨੂੰ ਲੱਗਦਾ ਕਿ ਕਾਲਜ ਤੁਸੀਂ ਬਹੁਤ ਹੀ ਧਿਆਨ ਨਾਲ ਚੂਜ਼ ਕਰੋ, ਕਿਉਂਕਿ ਕਾਲਜ ਚੇਂਜ ਕਰਨਾ ਕਿਤੇ ਨਾ ਕਿਤੇ ਮੁਸ਼ਕਿਲ ਹੋ ਜਾਣਾ। ਰਹੀ ਗੱਲ ਬ੍ਰਿਟਿਸ਼ ਕੋਲੰਬੀਆ ਦੀ, ਬ੍ਰਿਟਿਸ਼ ਕੋਲੰਬੀਆ ਨੇ ਵੀ 4 ਤਰੀਕ ਤੋਂ ਸ਼ੁਰੂ ਕਰਤਾ ਸੀ ਐਕਸੈਪਟ ਕਰਨਾ ਕਿ ਪ੍ਰੋਵਿੰਸ਼ੀਅਲ ਅਟੈਸਟੇਸ਼ਨ ਲੈਟਰ ਅਸੀਂ ਲੈਣੇ ਸ਼ੁਰੂ ਕਰਤੇ ਨੇ। ਸੋ ਹੁਣ ਲੱਗਦਾ ਕਿ ਬ੍ਰਿਟਿਸ਼ ਕੋਲੰਬੀਆ ਗਵਰਨਮੈਂਟ ਵੀ ਹੋਰ 2-3 ਦਿਨ 'ਚ ਪ੍ਰੋਵਿੰਸ਼ੀਅਲ ਅਟੈਸਟੇਸ਼ਨ ਲੈਟਰ ਇਸ਼ੂ ਕਰਨਾ ਸ਼ੁਰੂ ਕਰ ਦੇਗੀ। ਸੋ ਸਾਡੇ ਕੋਲ ਆਲਰੇਡੀ ਸੈਂਪਲ ਪ੍ਰੋਵਿੰਸ਼ੀਅਲ ਅਟੈਸਟੇਸ਼ਨ ਲੈਟਰ ਦੇ ਆ ਚੁੱਕੇ ਨੇ। ਰਿਗਾਰਡਿੰਗ ਓਨਟਾਰੀਓ, ਉੱਥੋਂ ਵੀ ਆ ਚੁੱਕੀ ਹੈ ਨਿਊਜ਼ ਕਿ ਬਹੁਤ ਜਲਦ 15-20 ਤਰੀਕ ਦੇ ਅੰਦਰ ਅੰਦਰ ਪ੍ਰੋਵਿੰਸ਼ੀਅਲ ਅਟੈਸਟੇਸ਼ਨ ਲੈਟਰ ਦਾ ਸਿਸਟਮ ਸ਼ੁਰੂ ਹੋ ਜਾਣਾ, ਬਿਕੋਜ਼ ਓਨਟਾਰੀਓ ਕਾਫੀ ਵੱਡਾ ਪ੍ਰੋਵਿੰਸ ਹੈ ਔਰ ਕਾਲਜਿਸ ਬਹੁਤ ਜ਼ਿਆਦਾ ਹੈ। ਸੋ ਉੱਥੋਂ ਵੀ ਬਹੁਤ ਹੀ ਜਲਦੀ ਪ੍ਰੋਵਿੰਸ਼ੀਅਲ ਅਟੈਸਟੇਸ਼ਨ ਲੈਟਰ ਸ਼ੁਰੂ ਹੋ ਜਾਣਗੇ। ਸੋ ਪ੍ਰੋਸੈਸ ਸਮੂਥ ਹੈ, ਉਹਦੇ ਨਾਲ ਕੋਈ ਡਿਲੇ ਨਹੀਂ ਆਏਗਾ ਆਪਾਂ ਨੂੰ। ਸੋ ਸਟੂਡੈਂਟਸ, ਪੋਜ਼ਿਟਿਵ ਰਹਿਣ ਵਾਲੀ ਗੱਲ ਹੈਗੀ ਹੈ ਔਰ ਇੱਥੇ ਪੂਰੀ ਕਲੈਰਿਟੀ ਆ ਗਈ ਹੈ ਪ੍ਰੋਵਿੰਸ਼ੀਅਲ ਅਟੈਸਟੇਸ਼ਨ ਲੈਟਰ 'ਤੇ। ਸਰਕਾਰ ਨੇ ਕਿਹਾ ਸੀ 31 ਮਾਰਚ ਤੱਕ ਸ਼ੁਰੂ ਕਰਾਂਗੇ, ਪਰ ਤੁਹਾਨੂੰ ਪਤਾ ਹੈ ਕਿ ਕਿਊਬੈਕ, ਅਲਬਰਟਾ, BC ਐਂਡ ਬਾਕੀ ਪ੍ਰੋਵਿੰਸ ਵੀ ਜਲਦ ਹੀ ਪ੍ਰੋਵਿੰਸ਼ੀਅਲ ਅਟੈਸਟੇਸ਼ਨ ਲੈਟਰ ਇਸ਼ੂ ਕਰਨਾ ਸ਼ੁਰੂ ਕਰ ਦੇਣਗੇ। ਬਿਲਕੁਲ ਠੀਕ ਹੈ ਜਸਮੀਤ ਜੀ, ਜਿਵੇਂ ਤੁਸੀਂ ਕਿਹਾ ਕਿ ਗਵਰਨਮੈਂਟ ਨੇ ਕਾਲਜਸ ਨੂੰ ਭੇਜਤੇ, ਹੁਣ ਕਾਲਜ ਕੀ ਉਸ ਲੈਟਰ ਨੂੰ ਸਟੂਡੈਂਟ ਨੂੰ ਭੇਜੇਗਾ, ਜਾਂ ਜਦੋਂ ਫਾਈਲ ਲੌਂਚ ਕਰਨੀ ਹੈ ਤਾਂ ਉਹ ਲੈਟਰ ਨਾਲ ਸਟੂਡੈਂਟ ਨੂੰ ਦੁਬਾਰਾ ਫਾਈਲ ਦੇ ਵਿੱਚ ਦੇਣਾ ਪੈਣਾ? ਸੀ, ਪ੍ਰੋਵਿੰਸ਼ੀਅਲ ਅਟੈਸਟੇਸ਼ਨ ਲੈਟਰ ਤੋਂ ਬਿਨਾਂ ਤਾਂ ਫਾਈਲ ਨਹੀਂ ਲੌਂਚ ਹੋਏਗੀ। ਸੋ ਕਲੀਅਰਲੀ ਪ੍ਰੋਵਿੰਸ਼ੀਅਲ ਅਟੈਸਟੇਸ਼ਨ ਲੈਟਰ 'ਤੇ ਮੈਂਸ਼ਨ ਵੀ ਹੈਗਾ ਕਿ ਯੂ ਵਿਲ ਨੀਡ ਦਿਸ ਟੂ ਅਪਲਾਈ ਫੋਰ ਯੋਰ ਸਟੱਡੀ ਪਰਮਿਟ, ਐਂਡ ਇਫ ਯੂ ਵਿਲ ਨੋਟ ਸਬਮਿਟ ਦਿਸ ਵਿਦ ਯੋਰ ਫਾਈਲ ਵਿਲ ਬੀ ਵਿਦਡਰੋਲ। ਸੋ ਹਰ ਬੱਚੇ ਨੂੰ ਪ੍ਰੋਵਿੰਸ਼ੀਅਲ ਅਟੈਸਟੇਸ਼ਨ ਲੈਟਰ ਆਪਣੀ ਫਾਈਲ 'ਚ ਲੌਂਚ ਕਰਨੀ ਪਏਗੀ। ਸੋ ਸਟੂਡੈਂਟਸ, ਜਦੋਂ ਅਸੀਂ ਅਪਲਾਈ ਕਰਦੇ ਹਾਂ ਤਾਂ ਮੇਰੀ ਸਾਰਿਆਂ ਨੂੰ ਐਡਵਾਈਸ ਹੈ ਕਿ ਆਪਣਾ ਈਮੇਲ ID ਔਰ ਆਪਣਾ ਫੋਨ ਨੰਬਰ ਜ਼ਰੂਰ ਉੱਥੇ ਮੈਂਸ਼ਨ ਕੀਤਾ ਜਾਏ, ਬਿਕੋਜ਼ ਹੁਣ ਜਿਹੜਾ ਸਿਸਟਮ ਹੈ ਬਹੁਤ ਜ਼ਿਆਦਾ ਡਿਫੀਕਲਟ ਹੋ ਗਿਆ, ਕਿਉਂਕਿ ਤੁਹਾਡੀ ਡਿਟੇਲ ਦੇਖੋ ਪ੍ਰੋਵਿੰਸ ਕੋਲ ਵੀ ਜਾ ਰਹੀ ਹੈ, ਤੁਹਾਡੀ ਡਿਟੇਲ ਕੀ ਕਹਿੰਦੇ ਆ ਕਾਲਜ ਕੋਲ ਵੀ ਜਾ ਰਹੀ ਹੈ, ਤੁਹਾਡੀ ਡਿਟੇਲ ਸਹੀ ਜਾਣੀ ਬਹੁਤ ਜ਼ਿਆਦਾ ਜ਼ਰੂਰੀ ਹੈ। ਨੋਰਮਲੀ ਕੀ ਹੁੰਦਾ ਕਿ ਏਜੰਟ ਈਮੇਲ ID ਔਰ ਫੋਨ ਨੰਬਰ ਤੁਹਾਡਾ ਨਹੀਂ ਪਾਉਂਦੇ, ਸੋ ਪ੍ਰੋਵਿੰਸ਼ੀਅਲ ਅਟੈਸਟੇਸ਼ਨ ਲੈਟਰ ਉਸੇ ਈਮੇਲ 'ਤੇ ਜਾਈ ਜਾਏਗੀ ਜਿਹੜਾ ਏਜੰਟ ਨੇ ਅਪਲਾਈ ਕੀਤਾ। ਅੱਛਾ, ਉਹ ਈਮੇਲ ਜਾਏਗੀ ਸਟੂਡੈਂਟ? ਬਿਲਕੁਲ ਬਿਲਕੁਲ, ਸੋ ਈਮੇਲ ਜਾਏਗੀ ਕਾਲਜ ਵੱਲੋਂ, ਇਹ ਪ੍ਰੋਵਿੰਸ਼ੀਅਲ ਲੈਟਰ ਇਸ਼ੂ ਹੋ ਗਿਆ। ਸੋ ਨੋਰਮਲੀ ਕਾਫੀ ਸਾਰੇ ਕਾਲਜਿਸ ਉਸੇ ਈਮੇਲ 'ਤੇ ਹੀ ਪ੍ਰੋਵਿੰਸ਼ੀਅਲ ਅਟੈਸਟੇਸ਼ਨ ਲੈਟਰ ਭੇਜਣਗੇ, ਸੋ ਇਟ ਇਜ਼ ਐਨ ਇੰਪੋਰਟੈਂਟ ਡਾਕੂਮੈਂਟ। ਸੋ ਮੇਰੀ ਸਾਰਿਆਂ ਨੂੰ ਐਡਵਾਈਸ ਹੈ ਕਿ ਅਸੀਂ ਆਪਣੀ ਈਮੇਲ ID ਔਰ ਆਪਣੇ ਫੋਨ ਨੰਬਰ ਹੀ ਅਪਲਾਈ ਪਾਈਏ ਉਹਦੇ 'ਚ, ਔਰ ਇੱਕ ਇੱਦਾਂ ਦੇ ਏਜੰਟ ਕੋਲ ਅਪਲਾਈ ਕਰੀਏ ਜਿਹੜਾ ਬਿਲਕੁਲ ਟ੍ਰਾਂਸਪੇਰੈਂਸੀ ਨਾਲ ਕੰਮ ਕਰਦਾ। ਬਿਲਕੁਲ ਠੀਕ ਹੈ। ਸੋ ਤੁਹਾਡਾ ਪਰਮਾਨੈਂਟ ਈਮੇਲ ID ਔਰ ਪਰਮਾਨੈਂਟ ਤੁਹਾਡੇ ਕੋਲ ਹੋਣਾ ਚਾਹੀਦਾ ਟੈਲੀਫੋਨ ਨੰਬਰ, ਕਿਉਂਕਿ ਅਗਰ ਅਜਿਹਾ ਨਹੀਂ ਹੋਏਗਾ ਤਾਂ ਫਿਊਚਰ 'ਚ ਫਿਰ ਦਿੱਕਤ ਹੋਏਗੀ। ਜਸਮੀਤ ਜੀ, ਤੁਸੀਂ ਕਹਿ ਰਹੇ ਹੋ ਕਾਲਜ ਬਦਲਣਾ ਮੁਸ਼ਕਿਲ ਹੋਣਾ,
ਪਰ ਮੈਨੂੰ ਇਹ ਲੱਗਦਾ ਕਿ ਕਾਲਜ ਬਦਲਣਾ ਅਸੰਭਵ ਹੋ ਜਾਣਾ, ਹੁਣ ਕਾਲਜ ਬਦਲਿਆ ਨਹੀਂ ਜਾਣਾ ਬਿਨਾਂ ਕਿਸੇ ਸੋਲਿਡ ਰੀਜ਼ਨ ਦੇ। ਸੋ ਡੈਫੀਨੇਟਲੀ ਸਟੂਡੈਂਟਸ ਦੇ ਬਹੁਤ ਹੀ ਜ਼ਿਆਦਾ ਕੀ ਕਹਿੰਦੇ ਡਿਫੀਕਲਟ ਰਹੇਗਾ ਹੁਣ, ਕਿਉਂਕਿ ਜਿਹੜੇ ਕਾਲਜ ਦਾ ਤੁਹਾਨੂੰ ਪ੍ਰੋਵਿੰਸ਼ੀਅਲ ਅਟੈਸਟੇਸ਼ਨ ਲੈਟਰ ਇਸ਼ੂ ਹੋਇਆ, ਦੈਟ ਇਜ਼ ਵੈਲਿਡ, ਉੱਤੇ ਵੈਲਿਡਿਟੀ ਵੀ ਲਿਖੀ ਹੈ ਤੁਹਾਡੇ ਕੋਰਸ ਦੀ, ਤੁਹਾਡੇ ਕੋਰਸ ਦਾ ਨਾਮ ਵੀ ਲਿਖਿਆ। ਸੋ ਇਟ ਇਜ਼ ਵੈਰੀ ਸਿਮਿਲਰ ਟੂ ਕੈਸ ਐਂਡ COE ਜਿਹੜੀ ਆਸਟ੍ਰੇਲੀਆ 'ਚ ਇਸ਼ੂ ਹੁੰਦੀ ਹੈ। ਸੋ ਇਹ ਚੀਜ਼, ਇਹ ਤੁਹਾਡੇ ਸਾਰਾ ਟਾਈਮ ਨਾਲ ਚੱਲ ਰਹੀ ਹੈ। ਹੁਣ ਤੁਸੀਂ ਕਾਲਜ ਚੇਂਜ ਕਰ ਲੈਂਦੇ ਹੋ, ਕੱਲ੍ਹ ਨੂੰ ਪੋਸਟ ਗ੍ਰੈਜੂਏਟ ਵਰਕ ਪਰਮਿਟ 'ਚ ਵੀ ਗੜਬੜ ਹੋ ਜਾਣੀ ਹੈ, ਉਹਨਾਂ ਨੇ ਵੀ ਉਸ ਟਾਈਮ 'ਤੇ ਤੁਹਾਡੇ ਤੋਂ ਪ੍ਰੋਵਿੰਸ਼ੀਅਲ ਅਟੈਸਟੇਸ਼ਨ ਲੈਟਰ ਮੰਗਣਾ। ਸੋ ਸਟੂਡੈਂਟਸ, ਮਤਲਬ ਕਿ ਹੁਣ ਆਪਾਂ ਬਹੁਤ ਹੀ ਧਿਆਨ ਦੇ ਨਾਲ ਕਾਲਜ ਚੂਜ਼ ਕਰੀਏ, ਧਿਆਨ ਦੇ ਨਾਲ ਕੋਰਸ ਚੂਜ਼ ਕਰੀਏ, ਕਿਉਂਕਿ ਸਭ ਤੋਂ ਇੰਪੋਰਟੈਂਟ ਰੋਲ ਦੇਖੋ ਕਾਲਜ ਪ੍ਰੋਵਿੰਸ ਨਹੀਂ ਪਲੇ ਕਰੇਗਾ, ਸਭ ਤੋਂ ਇੰਪੋਰਟੈਂਟ ਰੋਲ ਕੋਰਸ ਪਲੇ ਕਰੇਗਾ ਜੇ ਤੁਸੀਂ ਕਿਹੜਾ ਕੋਰਸ ਪੜ੍ਹਨ ਜਾ ਰਹੇ ਹੋ। ਜਸਮੀਤ ਜੀ, ਜਿਹੜੀ ਪ੍ਰੋਵਿੰਸ਼ੀਅਲ ਅਟੈਸਟੇਸ਼ਨ ਲੈਟਰ ਹੈ, ਕੀ ਉਹਦੇ 'ਚ ਕਾਲਜ ਦਾ ਨਾਮ ਵੀ ਮੈਨਸ਼ਨ? ਬਿਲਕੁਲ ਬਿਲਕੁਲ, ਉਹ 'ਚ DLI ਨੰਬਰ ਵੀ ਮੈਨਸ਼ਨ ਹੈ, ਕਾਲਜ ਦਾ ਨਾਮ ਵੀ ਮੈਨਸ਼ਨ ਹੈ, ਤੁਹਾਡਾ ਕੋਰਸ ਵੀ ਮੈਨਸ਼ਨ ਹੈ, ਤੁਹਾਡੇ ਕੋਰਸ ਦੀ ਡਿਊਰੇਸ਼ਨ ਵੀ ਮੈਨਸ਼ਨ ਹੈ। ਇਹਦਾ ਮਤਲਬ ਹੈ ਕਿ ਕੋਈ ਸਟੂਡੈਂਟ ਅਗਰ ਕੈਨੇਡਾ ਜਾ ਕੇ ਕਾਲਜ ਵੀ ਬਦਲਣਾ ਚਾਹੁੰਦਾ ਹੈ, ਤਾਂ ਫਿਰ ਅਗਰ ਬਦਲਣਾ ਹੈ ਤਾਂ ਫਿਰ ਉਹ ਜਿਹੜੀ ਪ੍ਰੋਵਿੰਸ਼ੀਅਲ ਲੈਟਰ ਹੈ ਉਹਦੇ ਵਿੱਚ ਤਾਂ ਉਸ ਕਾਲਜ ਦਾ ਨਾਮ ਨਹੀਂ ਹੋਣਾ। ਬਿਲਕੁਲ, ਸੋ ਇਹਦੇ ਰੈਪਰਕਸ਼ਨਸ ਹੋਣਗੇ, ਐਂਡ ਆਈ ਫੀਲ ਕਿ ਸਟੂਡੈਂਟਸ ਨੂੰ ਹੁਣ ਬਹੁਤ ਹੀ ਧਿਆਨ ਦੇ ਨਾਲ ਆਪਣਾ ਕਾਲਜ ਐਂਡ ਕੋਰਸ ਚੂਜ਼ ਕਰਨਾ ਪੈਣਾ। ਬਿਲਕੁਲ ਠੀਕ ਹੈ ਜੀ, ਸੋ ਬੜੀ ਇੰਪੋਰਟੈਂਟ ਇਨਫੋਰਮੇਸ਼ਨ ਜਸਮੀਤ ਜੀ ਨੇ ਸਾਂਝੀ ਕੀਤੀ ਹੈ। ਸੋ ਸਾਰੇ ਸਟੂਡੈਂਟਸ ਇਸ ਇਨਫੋਰਮੇਸ਼ਨ ਨੂੰ ਫੋਲੋ ਕਰੋ, ਕੋਈ ਕਨਫਿਊਜ਼ਨ ਹੈ ਤਾਂ 90413 90412 'ਤੇ ਗੱਲ ਕਰੋ ਔਰ ਤੁਰੰਤ ਫਾਈਲ ਲਾਂਚ ਕਰੋ। ਕਿਹੜੀ ਅਵੇਲੇਬਿਲਿਟੀ ਹੈ ਹੁਣ ਫਾਈਲਸ ਦੀ ਜਿਹੜੇ ਸਟੂਡੈਂਟਸ ਲਾਂਚ ਕਰਨਾ ਚਾਹੁੰਦੇ ਨੇ? ਸੋ ਦੇਖੋ, ਹਾਲੇ ਤਾਂ ਪਹਿਲਾਂ ਅਸੀਂ ਦੇਖ ਰਹੇ ਕਿ ਜਿਹੜੇ ਸਟੂਡੈਂਟਸ ਨੇ ਆਲਰੇਡੀ ਫੀਸ ਪੇ ਕੀਤੀ ਹੋਈ ਹੈ, ਸੋ ਫੀਸ ਪੇਮੈਂਟ ਤੋਂ ਬਿਨਾਂ ਪ੍ਰੋਵਿੰਸ਼ੀਅਲ ਅਟੈਸਟੇਸ਼ਨ ਲੈਟਰ ਨਹੀਂ ਆਉਣਾ। ਸੋ ਫੀਸ ਜੇ ਤੁਸੀਂ ਪੇ ਕੀਤੀ ਹੋਈ ਆ ਉਹਨਾਂ ਕਾਲਜਿਸ ਦੇ, ਅਸੀਂ ਆਲਰੇਡੀ BC ਵਿੱਚ ਕਾਲਜਿਸ ਦੇ, ਅਲਬਰਟਾ ਦੇ ਕਾਲਜਿਸ 'ਚ ਪ੍ਰੋਵਿੰਸ਼ੀਅਲ ਅਟੈਸਟੇਸ਼ਨ ਲੈਟਰ ਰਿਕੁਐਸਟ ਕਰਦੇ ਹਾਂ। ਸੋ ਜਿਹੜੇ ਬੱਚਿਆਂ ਨੇ ਆਫਰ ਲੈਟਰ ਆਈ ਹੋਈ ਹੈ, ਮੇਰੀ ਉਹਨਾਂ ਸਾਰਿਆਂ ਨੂੰ ਰਿਕੁਐਸਟ ਹੈ ਕਿ ਆਪਾਂ ਟਾਈਮ ਖਰਾਬ ਕੀਤੇ ਬਿਨਾਂ ਆਪਣੀ ਫੀਸ ਪੇ ਕਰ ਦਈਏ, ਬਿਕੋਜ਼ ਹੁਣ ਤਾਂ ਇਹ ਹੋ ਗਿਆ ਕਿ ਜੇ ਕੋਟਾ ਖਤਮ ਹੋ ਗਿਆ ਕਾਲਜ ਦਾ ਤਾਂ ਪ੍ਰੋਵਿੰਸ਼ੀਅਲ ਅਟੈਸਟੇਸ਼ਨ ਲੈਟਰ ਨਹੀਂ ਆਉਣੀ। ਸੋ ਜਲਦ ਤੋਂ ਜਲਦ ਆਪਣੀ ਫੀਸ ਪੇ ਕਰੀਏ ਔਰ ਜਲਦ ਤੋਂ ਜਲਦ ਆਪਣੀ ਪ੍ਰੋਵਿੰਸ਼ੀਅਲ ਅਟੈਸਟੇਸ਼ਨ ਲੈਟਰ ਲੈ ਕੇ ਫਾਈਲ ਲੌਜ ਕਰੀਏ। ਸਪੋਜ਼ ਇਹ ਕੋਟਾ ਜਿਹੜਾ ਇੰਡੀਆ ਨੂੰ ਮਿਲਦਾ ਉਹ ਜੁਲਾਈ ਤੱਕ ਖਤਮ ਹੋ ਜਾਂਦਾ, ਤਾਂ ਜੁਲਾਈ ਤੋਂ ਬਾਅਦ ਸਮਝ ਲਓ ਆਪਾਂ ਨੂੰ ਵੇਟ ਅਗਲੇ ਸਾਲ ਦੀ ਕਰਨੀ ਪੈਣੀ ਹੈ ਕਿ ਜਦੋਂ ਨਵੇਂ ਪ੍ਰੋਵਿੰਸ਼ੀਅਲ ਅਟੈਸਟੇਸ਼ਨ ਲੈਟਰ ਇਸ਼ੂ ਹੋਣੇ ਸ਼ੁਰੂ ਹੋਣਗੇ। ਸੋ ਮੇਰੀ ਸਟੂਡੈਂਟਸ ਨੂੰ ਸਾਰਿਆਂ ਨੂੰ ਇਹੀ ਰਿਕੁਐਸਟ ਹੈ ਕਿ ਅਸੀਂ ਜਲਦ ਤੋਂ ਜਲਦ ਜੇ ਆਫਰ ਲੈਟਰ ਆਈ ਉਹਨੂੰ ਵੇਸਟ ਨਾ ਕਰੀਏ, ਆਪਣੀ ਫੀ ਡਿਪੋਜ਼ਿਟ ਜ਼ਰੂਰ ਕਰਾਈਏ। ਚਲੋ, ਥੈਂਕ ਯੂ ਸੋ ਮਚ। 90413 90412 'ਤੇ ਤੁਸੀਂ ਜ਼ਰੂਰ ਸੰਪਰਕ ਕਰੋ ਔਰ ਤੁਰੰਤ ਜਸਮੀਤ ਜੀ ਨੂੰ ਜਾਂ ਇਹਨਾਂ ਦੀ ਟੀਮ ਨੂੰ ਮਿਲੋ। ਥੈਂਕ ਯੂ ਸੋ ਮਚ। ਥੈਂਕ ਯੂ ਸੋ ਮਚ।